अकाली दल अमृतसर की ओर से 25 जनवरी को CAA के विरोध में पंजाब बंद की कॉल दी गई थी, जिसका असर पंजाब में कम ही देखने को मिल रहा था। वहीं पंजाब बंद की इस कॉल के विपरीत पंजाब के होशियारपुर में हिंदू संगठनों द्वारा होशियारपुर बंद ना होने देने का ऐलान किया गया था, जिसके चलते दोनों ही ओर से टकराव जैसा माहौल बना हुआ था और पुलिस प्रशासन के हाथ पांव पूरी तरह से फूले हुए थे। हालांकि इस दौरान दोनों ही ओर से लोग आमने सामने भी हो गए, लेकिन पुलिस ने बीच बचाव कर दोनों में टकराव और तनावपूर्ण माहौल होने से बचा लिया। होशियारपुर से हलचल टोडे के लिए विकास सूद की रिपोर्ट। पर शहर का भाईचारा आपस च जो है वह भी बहुत वड्डी चीज़ हुंदी आ, शहर की शांति भी बहुत वड्डी चीज़ आ। सो बैठ के चर्चा हुई आ, लंबी चर्चा चली आ, ते रस्ता कढ़िया गया। SP साहब मेरे कोल खड़े आ, उत्थे इहो फैसला होया भई जो भी प्रोटेस्ट धरना चल रहा जो अज दे संबंध च सीगा ਉਹਦਾ ਉਹ ਉੱਥੇ ਹੀ ਉਹਨਾਂ ਦੇ ਲੀਡਰ ਖਤਮ ਕਰਨ ਦੀ ਘੋਸ਼ਣਾ ਕਰਨਗੇ ਔਰ ਖਤਮ ਕੀਤਾ ਜਾਊਗਾ। ਇੱਦਾਂ ਹੀ ਅਸੀਂ ਇੱਧਰ ਆਪਣਾ ਜੋ ਵੀ ਪ੍ਰੋਟੈਸਟ ਧਰਨਾ ਹੈਗਾ ਅਸੀਂ ਸਾਰੇ ਉੱਥੇ ਮੇਅਰ ਸਾਹਿਬ ਸ਼ਿਵ ਸੂਦ ਜੀ ਵੀ ਸੀਗੇ, ਸ਼੍ਰੀ ਗੋਪੀ ਚੰਦ ਕਪੂਰ ਜੀ ਵੀ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਆ, ਵਿਜੇ ਪਠਾਣੀਆ ਜੀ ਜਿਹੜੇ BJP ਦੇ ਪ੍ਰਧਾਨ ਆ, ਔਰ ਰਮਨ ਘਈ ਜੀ ਸਾਡੇ ਸਾਬਕਾ ਪ੍ਰਧਾਨ, ਲੱਕੀ ਠਾਕਰ ਜੀ ਕਰਨੀ ਸੈਨਾ ਦੇ ਜਿਹੜੇ ਪ੍ਰਧਾਨ ਆ, ਔਰ ਨਿਪੁੰਨ ਸ਼ਰਮਾ ਜੀ MC ਔਰ ਸੰਦੀਪ ਜੋਸ਼ੀ ਜੀ, ਇਹ ਸਾਰੇ ਉੱਥੇ ਮੌਕੇ 'ਤੇ ਸੀਗੇ ਅਤੇ ਦੂਸਰੀ ਪਾਰਟੀ ਵੱਲੋਂ ਵੀ ਸੀਗੇ, ਅਤੇ ਦੋਨਾਂ ਨੇ ਹੀ ਇਹ ਫੈਸਲਾ ਕਰ ਲਿਆ ਕਿ ਉੱਥੇ ਦੇ ਉੱਥੇ ਧਰਨਾ ਸਮਾਪਤ ਕੀਤਾ ਜਾਊਗਾ। ਅੱਗੇ ਨੂੰ ਕੋਈ ਮਤਲਬ ਅੱਜ ਦੇ ਦਿਨ ਹੁਣ ਤੋਂ ਬਾਅਦ ਕੋਈ ਕਿਸੇ ਨੂੰ ਬੰਦ ਕਰਨ ਲਈ ਨਹੀਂ ਕਹੇਗਾ। SP ਸਾਹਿਬ ਕਿੱਥੇ ਬੁਲਾ ਲਓ ਯਾਰ, ਨਾ ਕੋਈ ਨਾਰਾ ਲਗਾਊਗਾ, ਨਾ ਕੋਈ ਪ੍ਰਦਰਸ਼ਨ ਕਰੂਗਾ, ਆਪਣੇ ਆਪਣੇ ਢੰਗ ਨਾਲ ਆਪਣੇ ਆਪਣੇ ਘਰਾਂ ਨੂੰ ਚੱਲ ਜਾਣਗੇ। ਔਰ SP ਸਾਹਿਬ ਨੇ ਜ਼ਿੰਮੇਵਾਰੀ ਲਈ ਆ ਕਿ ਇਸ ਸਮਾਪਤੀ 'ਤੇ ਸਾਰਾ ਸ਼ਾਂਤੀਮਈ ਵਾਤਾਵਰਣ ਰੱਖਣਾ ਉਹਨਾਂ ਦੀ ਜ਼ਿੰਮੇਵਾਰੀ। ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹੋਰ ਸਾਰੀਆਂ ਮੂਲਵਾਦੀ ਜਥੇਬੰਦੀਆਂ, ਰਵਿਦਾਸ ਸਭਾਵਾਂ, ਵਾਲਮੀਕਿ ਸਭਾਵਾਂ, ਕ੍ਰਿਸਚਨ ਫਰੰਟ, ਮੁਸਲਿਮ ਵੀਰ, ਸਾਡੇ ਸਾਰਿਆਂ ਦਾ CAA ਜੋ ਨੈਸ਼ਨਲ ਸਿਟੀਜ਼ਨਸ਼ਿਪ ਐਕਟ ਵਗੈਰਾ ਬਣ ਰਹੇ ਆ, ਜਾਂ ਇਹਨਾਂ ਦਾ ਪਿੱਛੇ ਜਿਹੜੀ ਲੁਕਵੀਂ ਸੋਚ ਹੈ ਕਿ ਇੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਇਆ ਜਾਵੇ, ਮਨੂਵਾਦ ਦੀ ਜਿਹੜੇ ਲਾਅ ਆ ਉਹ ਅਪਲਾਈ ਕੀਤੇ ਜਾਣ, ਉਹਦੇ ਵਿਰੁੱਧ ਅਸੀਂ ਮਾਰਚ ਕੀਤਾ ਸੀ ਔਰ ਪ੍ਰਸ਼ਾਸਨ ਨੂੰ ਦੱਸਿਆ ਸੀ, ਲੇਕਿਨ ਸਾਡੇ ਮਾਰਚ ਦੇ ਵਿੱਚ ਤੀਕਸ਼ਣ ਸੂਦ ਦੀ ਅਗਵਾਈ ਦੇ ਵਿੱਚ ਕੁਛ ਬੰਦਿਆਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੋ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਨੂੰ ਇੱਥੇ ਰੋਕਿਆ ਹੋਇਆ ਸੀ, ਸਾਡਾ ਸੀ ਕਿ ਅਸੀਂ ਆਪਣਾ ਮਾਰਚ ਕੰਪਲੀਟ ਕਰਨਾ ਹੈ। ਸੋ ਉਹਨਾਂ ਨੇ ਹੁਣ ਤੀਕਸ਼ਣ ਸੂਦ ਜਾਂ ਉੱਧਰੋਂ ਵੀ ਆਏ ਸੀ ਸ਼ਿਵ ਸੂਦ, ਉਹਨਾਂ ਅਸੀਂ ਵੀ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਅੰਦਰ ਗਏ ਸੀ। ਫੈਸਲਾ ਇਹ ਹੋਇਆ ਕਿ ਉਹ ਨਹੀਂ ਆਪਣਾ ਧਰਨਾ ਸਮਾਪਤ ਕਰ ਦੇਣਾ, ਅਸੀਂ ਵੀ ਇੱਥੋਂ ਆਪਣਾ ਧਰਨਾ ਸਮਾਪਤ ਕਰਕੇ ਜਿੱਧਰ ਨੂੰ ਕਿਸੇ ਦਾ ਦਿਲ ਕਰਦਾ ਉੱਧਰ ਜਾਏਗਾ, ਇਹ ਨਹੀਂ ਕਿ ਇੱਧਰ ਨੂੰ ਨਹੀਂ ਜਾਣਾ ਜਾਂ ਉੱਧਰ ਨੂੰ ਨਹੀਂ ਜਾਣਾ। ਸੋ ਇੱਥੇ ਹੁਣ ਜਿਹੜਾ ਸਾਡਾ ਧਰਨਾ ਸਮਾਪਤ ਹੈ ਅਤੇ ਅਸੀਂ ਜਿੱਧਰ ਸਾਡਾ ਦਿਲ ਕਰਦਾ ਉੱਧਰ ਜਾਵਾਂਗੇ, ਕਿਉਂਕਿ 2 ਵਜੇ ਤਾਂ ਅਸੀਂ ਧਰਨਾ, ਹੁਣ ਤਾਂ 4 ਵੱਜ ਚੁੱਕੇ ਆ।